ready, 1, 2, 3, 4. Nirgoli. Yes. Chehre te fir lali vekh rahe hain. Ji. Bala kyon aaye? Mere best friend. Kaun se? Khaja Asif Ali Zardari saab. Asif Ali Zardari. Asif Ali Zardari saab. Ji. Raate mainu call kiti ne, mainu kehnde ne, I am come to you to your home. Main hairan ho gaya. Main kya tusi mere hall aa rahe ho? ਉਹ ਕਿਸੇ ਕੋਲ ਪੁੱਛਦੇ ਪਛਾਣਦੇ ਆ ਗਏ ਮੇਰੇ ਘਰ ਘਰ ਹੀ ਆ ਗਏ ਮੇਰੇ ਘਰ ਆ ਗਏ ਯਾਰ ਯਾਰ ਇਹਦਾ ਬੈਸਟ ਫਰੈਂਡ ਕੋਈ ਹੋ ਸਕਦਾ ਮੈਨੂੰ ਕਹਿੰਦਾ ਬਾਹਰ ਰਕਸ਼ਾ ਖਲੋਤਾ ਤੇ ਉਹਨੂੰ ਪੈਸੇ ਤੂੰ ਦੇਣੇ ਮੈਂ ਕਿਹਾ ਕਿੰਨੇ ਪੈਸੇ ਨੇ ਕਹਿੰਦੇ ਨੇ ਬਣਦੇ ਤੇ 30 ਨੇ ਲੇਕਿਨ ਤੂੰ 15 ਦੇਣੇ ਕਿਉਂ ਕਿਉਂਕਿ ਉਹ ਰਕਸ਼ਾ ਵਾਲਾ ਵੀ ਨਾਲ ਬਹਿ ਕੇ ਆਇਆ ਸੀ ਨਾ ਤੈਨੂੰ ਪਤਾ ਵੀ ਸਿਆਣੇ ਆਦਮੀ ਨੇ ਪੈਸਾ ਨਹੀਂ ਜ਼ਾਇਆ ਹੋਣ ਦਿੰਦੇ ਬਿਲਕੁਲ ਮੈਂ ਕਿਹਾ ਸਰ ਖੈਰ ਨਾਲ ਆਏ ਹੋ ਬਲਕਿ ਮੈਂ ਕਿਹਾ ਤੁਸੀਂ ਆਏ ਹੋ ਦੱਸੋ ਕੀ ਖਾਣਾ ਪੀਣਾ ਨੇ ਉਹ ਕੁਦਰਤੀ ਮੇਰੇ ਕੋਲ ਨਾ ਜੀ ਪਾਈ ਹਕੀਮਾ ਪਿਆ ਸੀ ਅੱਛਾ ਮੈਂ ਕਿਹਾ ਸਰ ਆ ਪਾਈ ਹਕੀਮਾ ਪਿਆ ਦੱਸੋ ਇਹਦੇ ਚ ਕੀ ਪਾ ਲਈਏ ਆਂਦੇ ਨੇ ਇਹਦੇ ਚੁੱਪ ਕਰਕੇ ਅੱਧਾ ਕਿਲੋ ਕੀਮਾ ਹੋਰ ਪਾ ਅੱਛਾ ਆਪ ਪਕਾ ਲੈਂਦੇ ਨੇ ਸਰਦਾਰੀ ਸਾਹਿਬ ਯਾਰ ਉਹ ਡੋਹੀ ਮਾਰ ਰਹੇ ਨੇ ਤੇ ਨਾਲ ਨਾਲ ਸਾਡੀ ਗੁਫ਼ਤਗੂ ਹੋ ਰਹੀ ਕਿਚਨ ਦੇ ਵਿੱਚ ਵਾਹ ਵਾਹ ਮੈਨੂੰ ਕਹਿੰਦੇ ਨੇ ਤੈਨੂੰ ਪਤਾ ਵੀ ਮੈਂ ਸ਼ਰੀਕ ਚੇਅਰਮੈਨ ਆ ਤੇ ਸ਼ਰੀਕਾਂ ਨਾਲ ਮੇਰੀ ਬਣਦੀ ਵੀ ਨਹੀਂ ਅੱਛਾ ਤੇ ਤੂੰ ਚੁਕੇ ਮੀਆਂ ਅਫਜ਼ਲ ਆਫ ਨਿਰਗੋਲੀ ਹੈ ਜਾ ਕੇ ਉਹਨਾਂ ਨਾਲ ਗੱਲ ਕਰ ਮੈਨੂੰ ਕਹਿੰਦੇ ਨੇ ਨਵਾਂ ਟਾਸਕ ਆ ਗਿਆ ਉਹ ਕੀ ਮੈਂ ਕਿਹਾ ਸਰ ਜਿਸ ਮੁਲਕ ਵਿੱਚ ਵੀ ਆਇਆ ਹੋਵੇ ਬਗੈਰ ਕਸਟਮ ਤੋਂ ਮੈਂ ਤੁਹਾਨੂੰ ਲਿਆ ਦਿਆਂ ਅਗੋ ਹੱਸਣ ਲੱਗ ਪਏ ਮੈਨੂੰ ਕਹਿੰਦੇ ਨੇ ਟਾਰਗੇਟ ਇਹ ਵੇ ਕਿ ਫਸਟ ਬਲੱਡ ਲੈ ਕੇ ਆ ਮੈਂ ਕਿਹਾ ਉਹ ਤੇ ਮੈਂ ਬੜੀ ਵੇਖੀ ਨਹੀਂ ਨਹੀਂ ਕਹਿੰਦੇ ਨੇ ਯੰਗ ਬਲੱਡ ਲੈ ਕੇ ਆ ਉਹ ਫਿਰ ਮੈਂ ਸਾਰੇ ਹਸਪਤਾਲਾਂ ਦੇ ਵਿੱਚ ਕੈਂਪ ਲਾਇਆ 150 ਖੂਨ ਦੀ ਬੋਤਲ ਇਕੱਠੀ ਕਰਕੇ ਦਿੱਤੀ ਹੱਸੇ ਅਗੋ ਉਹਨੇ ਕਿਹਾ ਬਲੱਡ ਨਹੀਂ ਚਾਹੀਦਾ ਯੂਥ ਚਾਹੀਦੀ ਹੈ ਵੋਟ ਇਲੈਕਸ਼ਨ 2018 ਆ ਰਿਹਾ ਨਾ ਉਨਕੋ ਯੂਥ ਰਿਪਰੈਜ਼ੈਂਟੇਟਿਵਸ ਚਾਹੀਏ ਯੈਸ ਤੁਹਾਡਾ ਨਾਮ ਸਭ ਤੋਂ ਪਹਿਲੇ ਲਿਖਾਇਆ ਅਬੇ ਚੱਲ ਮੈਂ ਨਹੀਂ ਜਾਣਾ ਅੱਲਾ ਦੇ ਬੰਦੇ ਪੀਪਲਸ ਪਾਰਟੀ ਤੇ ਮੈਂ ਸੈਨੇਟਰ ਭਰਤੀ ਕਰਾ ਦਿਆਂਗਾ ਮੈਂ ਨਹੀਂ ਹੋਣਾ ਸੈਨੇਟਰ ਅੱਲਾ ਦੇ ਬੰਦੇ ਸੈਨੇਟਰ ਹੋ ਜਾਏਗਾ ਤੇ ਆਦਾ ਕਰਨ ਦੀ ਖਿਆਲ ਰੱਖੇਗਾ ਫਿਰ ਉਹ ਸਕਾਫਤ ਦੀ ਖਿਦਮਤ ਕਿਸ ਤਰ੍ਹਾਂ ਕਰੇਗਾ ਮੈਂ ਯਹੀਂ ਪੇ ਕਰ ਲੂੰਗਾ ਅੱਲਾ ਦੇ ਬੰਦੇ ਮੀਆਂ ਅਫਜ਼ਲ ਨਿਰਗੋਲੀ ਕਦੋਂ ਕੰਮ ਆਉਣਾ ਤੇਰੇ ਮੈਂ ਕੰਮ ਕਰ ਰਹਾ ਹਾਂ ਯਹਾਂ ਪੇ ਓਕੇ ਫੋਰਗੇਟ ਅਬਾਊਟ ਮੈਂ ਓਏ ਐਡੇ ਵਧੀਆ ਫਨਕਾਰ ਬੁਲਾਏ ਨਹੀਂ ਹਾਂ ਓ ਯਾਰ ਮਾਸ਼ਾਅੱਲਾ ਇਸ ਬੰਦੇ ਦਾ ਦੁਨੀਆ 'ਚ ਬੜਾ ਬੜੇ ਬੜੇ ਫੈਨ ਫੈਲ ਹੋਏ ਦੀ ਹੈਗੀ ਫੈਨ ਫਾਲੋਇੰਗ ਆ ਫੈਨ ਫਾਲੋਇੰਗ ਮਾਸ਼ਾਅੱਲਾ ਹਾਂ ਸ਼ਾਇਦ ਫਰੀਦੀ ਸਾਹਿਬ ਨੇ ਨਾ ਸ਼ਾਇਦ ਫਰੀਦੀ ਨਹੀਂ ਹੈ ਨਹੀਂ 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 ਸ਼ਾਇਦ ਫਰੀਦੀ ਸਾਹਿਬ ਤੇ ਮੇਰੇ ਫੇਵਰਟ ਗੁਲੂਕਾਰ ਨੇ ਆ ਅਦਾਕਾਰ ਨੇ ਬਿਲਕੁਲ ਆ ਰਾਈਟਰ ਡਾਇਰੈਕਟਰ ਵੀ ਨੇ ਮੈਂ ਤੇ ਇਹਨਾਂ ਦੇ ਵਾਲਾ ਸਾਹਿਬ ਦਾ ਵੀ ਬੜਾ ਫੈਨ ਸਾਂ ਐਸਮ ਤਾਲ ਸਾਹਿਬ ਨਹੀਂ ਹੈ ਇਹ ਨੇ ਆਪਣਾ ਐਸਮ ਖਾਨ ਸਾਹਿਬ ਸ਼ੁਕਰ ਹੈ ਉਹ ਯਾਦ ਨੇ 2015 ਦੇ ਵਿੱਚ ਹਮ ਟੀਵੀ ਦਾ ਅਵਾਰਡ ਹੋ ਰਿਹਾ ਸੀ ਤੁਹਾਨੂੰ ਬੈਸਟ ਐਕਟਰ ਦਾ ਅਵਾਰਡ ਮਿਲਿਆ ਸੀ ਉਹ ਦੇਣ ਵਾਲਾ ਭਲਾ ਕੌਣ ਸੀ ਕੌਣ ਮੈਂ ਤੁਹਾਡੇ ਕੋਲ ਪੁੱਛ ਰਿਹਾ ਤੁਸੀਂ ਮੇਰੇ ਕੋਲ ਮੈਂ ਉੱਥੇ ਸਿਕਿਉਰਿਟੀ ਕਰ ਰਿਹਾ ਸਾਂ ਅੱਛਾ ਖਾਸ ਤੌਰ ਤੇ ਉਹਨਾਂ ਨੇ ਕਿਹਾ ਜੀ ਐਸਮ ਖਾਨ ਸਾਹਿਬ ਦੀ ਸਿਕਿਉਰਿਟੀ ਕਰਨੀ ਅੱਛਾ ਤੇ ਕਿਸੇ ਦੀ ਜੇਬ ਵਿੱਚ ਕੁਝ ਹੈ ਨਿਕਲ ਲੈ ਉਹਨਾਂ ਨੇ ਕਿਹਾ ਖਾਸ ਤੌਰ ਤੇ ਖਿਆਲ ਰੱਖਣਾ ਕਿਉਂਕਿ ਟੀਵੀ ਔਰ ਫਿਲਮ ਦੇ ਵਿੱਚ ਐਸ ਲਈ ਜ਼ਬਰਦਸਤ ਬੰਦਾ ਜਾ ਰਿਹਾ ਬਿਲਕੁਲ ਆਪਣਾ ਬਿੱਲਾ ਕੀ ਨਾਮ ਹੈ ਐਸਨ 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 ਖਾਨ ਸਾਹਿਬ ਜੀ ਯਾਰ ਬੜੇ ਜ਼ਬਰਦਸਤ ਗਲੂਕਾਰ ਹੋਏ ਨੇ ਹਾਂ ਐਕਟਰ ਯਾਰ ਤੇ ਹੁਣ ਤਾਂ ਸੁਣਿਆ ਕੋ ਫਿਲਮ ਛਲਮ ਕਰ ਰਹੇ ਹੋ ਜੀ ਜੀ ਕਰ ਰਹੇ ਤੁਹਾਡੀ ਫਿਲਮ ਆ ਰਹੀ ਆਪਣਾ ਆਪਣਾ ਚੌਰੀ ਮਨੀਰ ਨਾਲ ਚੌਰੀ ਮਨੀਰ ਨਹੀਂ ਆਪਣਾ ਉਹ ਸੀਮਾ ਬਸ਼ੀਰ ਜੀ ਕੀ ਕੁੜੀ ਉਸ ਕੁੜੀ ਦਾ ਕੀ ਨਾਮ ਸੀ ਉਹ ਜਿਹਦਾ ਗਾਣਾ ਵੀ ਕਾਰ ਦੇ ਵਿੱਚ ਸੀ ਉਹ ਐਂ ਐਂ ਕਰਕੇ ਨੀਲਮ ਮੁਨੀਰ ਨੀਲਮ ਮੁਨੀਰ ਅੱਛਾ ਉਹ ਮੇਰੀ ਬੜੀ ਫੈਨ ਹੈ ਆਪ ਉਸ ਕੋ ਲੱਗ ਰਹੇ ਮੈਂ ਉਸ ਦਾ ਬੜਾ ਫੈਨ ਹਾਂ ਸੋਸ਼ਲ ਮੀਡੀਆ ਤੇ ਵੀ ਹਿੱਟ ਤੇ ਆਹੋ ਤੇ ਆਪਣਾ ਸਾਦੇ ਮੀਡੀਆ ਤੇ ਵੀ ਹਿੱਟ ਤੇ ਆ ਹੁਣ ਤੇ ਇਹਨਾਂ ਦੇ ਨਾਲ ਫਿਲਮ ਆ ਰਹੀ ਮਾਸ਼ਾਅੱਲਾ ਤੁਹਾਡੀ ਫਿਲਮ ਸੁਪਰ ਹਿੱਟ ਜਾਣੀ ਪੁੱਛ ਕਿਉਂ ਕਿਉਂਕਿ ਤੁਸੀਂ ਪਾਕਿਸਤਾਨ ਦੇ ਉਹ ਗਲੂਕਾਰ ਹੋ ਗਲੂਕਾਰ ਨਹੀਂ ਐਕਟਰ ਅਦਾਕਾਰ ਹੋ ਜਿਹੜੇ ਬੱਚਿਆਂ ਔਰਤਾਂ ਔਰ ਬੰਦਿਆਂ ਦੇ ਵਿੱਚ ਯਕਸਾ ਮਕਬੂਲ ਹੋ ਤੇ ਮੈਡਮ ਵੀ ਆ ਜਾਏ ਨੇ ਤੁਹਾਡੇ ਕੋਲ ਜੀ ਮਾਸ਼ਾਅੱਲਾ ਐਵੇਂ ਹੀ ਹੈ ਹਾਂ ਇਹ ਨਾ ਸਮਝਣਾ ਕਿ ਮੈਂ ਮੈਡਮ ਨੂੰ ਜਾਣਦਾ ਨਹੀਂ ਹਾਂ ਇਹਨਾਂ ਦਾ ਪ੍ਰੋਗਰਾਮ ਹੈਗਾ ਸੀ ਜਾਗੋ ਦੁਨੀਆ ਹਾਂ ਉਹ ਮੈਂ ਸਵੇਰੇ ਰੋਜ਼ ਨਾਸ਼ਤੇ ਦੇ ਟਾਈਮ ਵੇਖਣਾ ਅੱਛਾ ਬੜੇ ਮਸ਼ਹੂਰ ਨੇ ਦੁਨੀਆ ਦੇ ਵਿੱਚ ਨਾਂ ਹੋ ਗਿਆ ਨੇ ਅੱਛਾ ਤੇ ਆਪਣਾ ਉਹ ਲਿਆ ਡਾਲਾ ਮੇਰੀ ਫਰਮਾਇਸ਼ ਹੈ ਕਿ ਉਹ ਜੋ ਡਾਂਸ ਪਿਨ ਕੇ ਐਂਟਰੀ ਥੀ ਆਡੀਅנס ਅਗਰ ਕਲੈਪ ਮੇ ਇੱਕ ਦਫਾ ਦੁਬਾਰਾ ਡਾਂਸ ਇਤਨੀ ਲਚਕ ਆਪਕੇ ਜਿਸਮ ਮੇ ਹੈ ਉਹ ਤੁਹਾਡੇ ਫੈਨ ਬਿਲਕੁਲ ਵੈਸੇ ਐਸੇ ਤੁਮ ਨੀਲਮ ਮੁਨੀਰ ਕੇ ਫੈਨ ਹੋ ਮੈਂ ਵੀ ਇਹਨਾਂ ਦਾ ਬੜਾ ਫੈਨ ਹਾਂ ਸਰ ਉਹ ਜਿਹੜਾ ਉਹਨਾਂ ਨੇ ਇਹ ਆ ਕੀਤਾ ਓਏ ਓਏ ਫੋਟੋ ਲੈਣੀ ਕਿਸ ਕੇ ਸਾਥ ਆਪਣਾ ਬਾਜੀ ਹੋਰਾਂ ਨਾਲ ਬਾਜੀ ਹੋਰਾਂ ਨਾਲ ਹਾਂ ਇਹਨਾਂ ਦੀ ਤੇ ਹਰ ਜਗ੍ਹਾ ਤੋਂ ਮਿਲ ਜਾਂਦੀ ਮਿਊਜ਼ਿਕ ਲਗਾਏ ਡਾਂਸ ਕਰਨਗੇ ਮਿਊਜ਼ਿਕ ਪਲੀਜ਼ ਅੱਛਾ ਜੀ ਆ ਜੀ ਕਿਆ ਬੜੀ
जाके इन्हें मैं डिलीट कर दिया। वैसे मुझे लगता है कि आप जो सोशली, आपने कहा सोशल मीडिया पे बहुत एक्टिव हैं अब आप, और यू नो सोशल कॉजेस के साथ भी जुड़े हुए हैं, मगर ऐसे में कई बार इन चीजों के साथ साथ कुछ क्रिटिसिज्म भी आना शुरू हो जाता है, हाउ डू यू टेक दैट? मुझे ये लगता है कि आप सबको प्लीज नहीं कर सकते, आप अब मेरे फैंस 100% तो नहीं होंगे यार, आई कांट प्लीज एवरीबॉडी एंड आई डोंट केयर, और मैं इस चीज़ का सोचता भी नहीं हूँ कि मुझे हर बंदे को ही खुश करना है, बीच में लोग मेरे बारे में कुछ बुरा भी सोचते हैं अच्छा भी सोचते हैं, डजंट मैटर टू मी। तो अगर आप इस फिक्र में पड़ जाएंगे कि मुझे सबको प्लीज करना है तो वो इम्पॉसिबल है, इंसान थले रख लो उंगली आंख से ना मार लेना कपड़े सुकड़े पा रहे, मैं ये बात करने जा रहा हूँ तो इधर ये, मगर बचपन अंग्रेजी जो होता था अपने वाले साहब किस तरह, डैड आई एम हंग्री मिल्क के लाल डैड आई एम नॉट आई एम डैड, आप क्यों रोए थे बचपन में उनके सामने मुझे ये बताएं, मुझे याद भी नहीं है, एड्डा पक्का बच्चा शिदरे दा रहन वाला है, हां ए चुप रहंदे ही वाला सा रोण ला पेंदे क्यों नहीं रोना, अरे छोटा भरा कच्ची बाडी च रहंदा सी अब्बे दे मगर नस पेंदा सी अब्बा। आपने वैसे अभी जिस फिल्म का जिक्र भी हुआ कि अभी आपकी फिल्म आ रही है, जी 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 इंशाल्लाह, उसका तो बताएं हमें दोबारा, बड़े अरसे बाद आप फिल्म करने जा रहे हैं, दो तो कंप्लीट करा चुका हूं फिर एक की दिसंबर में शूटिंग शुरू हो रही है, एक फिल्म नीलम के साथ खत्म की है जो मोहसिन अली नापा के जितने भी लोग हैं उन्होंने बनाई है फिल्म, और एक अमीन इकबाल साहब हमारे लाहौर के ही डायरेक्टर हैं जो काफ़ी काम कर रहे हैं उन्होंने की, उसमें आयशा उमर हैं, और अभी जो थर्ड फिल्म है स्टार्टिंग इन दिसंबर, सो आफ्टर आई थिंक मैंने आखिरी जो फिल्म की थी शहजाद रफीक साहब की फिल्म की थी 3-4 साल पहले 5 साल पहले शायद, and then I'm doing this now. Yeah. So you're excited again for the films? Yeah, well, I'm happy. काम चल रहा है. Excited पहले भी था, अभी भी हूँ. कुछ ज़्यादा नहीं हुई कि अब दोबारा कुछ फिल्में चलना शुरू हुई हैं तो जरा एक होता है. ये तो बहुत बहुत जबरदस्त बात है और मुझे लगता है कि अब तो फिल्में बहुत बननी चाहिए, बन रही हैं और बहुत अच्छी बन रही हैं. इतना अच्छा एक्टर लेकिन इसकी बैड लक बड़ी यार. हर बंदा कहता है एहसन खान हीरो, केड़ा हीरो यार, वो आज दी अंजमला शक्ल नहीं मिलती. अच्छा एहसन भाई वो वाहिद फनकार हैं जिनकी आंखें रीमा जैसी हैं, शक्ल सायमा जैसी है, और अगर कहीं म्यूजिक लग जाए तो हरकतें निर्मा जैसी करते हैं. चाचा जब शीशे के आगे गया तो शीशे ने फौरन कहा कि आपके कपड़े इस मॉल में नहीं है, लंडे से ही मिलेंगे. चलो जी मैं तो लंडे चो लाए नहीं है, किसी ने मैनू वेख के लंडे चो लाए, तुम तो जो लोग ने सुकने पाए होंगे तारा से तुम वह ला ला के पा लगे. वेलकम बैक टू मज़ाक रात. जी हिना अजीब गरीब क्या है? पहली खबर है दुबई से जहां पुलिस ने क्राइम्स पर काबू पाने के लिए एक बड़ा ही अनोखा हल निकाला. फ्लाइंग कुछ फ्लाइंग बना दिया उन्होंने. ट्रू. सी यस यू नीड टू लिसन टू दिस. अच्छा हुआ क्या है कि उन्होंने एक फ्लाइंग बाइक निकाली है और इस बाइक का जो नाम है वो है हवर सर्फ और ये बैटरी से चलती है और मजे की बात यह है कि पुलिस ऑफिसर इसमें बैठ भी सकते हैं और कहीं भी बैठकर इसको रिमोट कंट्रोल से भी चलाया जा सकता है. बस जो सब टेंशन वाली गल है, मतलब सार्जेंट उड़ रहा हो तो बैटरी लो जो तारा च फस गया ना. वैसे गरीब इलाके वाले ने स्टे ले लेना के जो तो भाई उड़दा ना तो साढ़े घर झाती पैंदी और कई सार्जन तो शरारती होणगे जनाब, नाल उड़दे होणगे नाल बनेरे तो उन्हां दे कपड़े चुके ला जाणगे. वासे भाई आप ये देखें कि वो हुक्मरान जो हैं दुबई वाले कितने अपनी आवाम से प्यार करते हैं कि उन्हें फैसिलिटेट करते हैं और यहाँ के हुक्मरान वहां देख कर भी यहाँ सहूलते नहीं लेके आते. जो साहब मोटरसाइकिल अगर पाकिस्तान जाके सब तो पहले इमरान खान साहब ने लेनी है और उठ के वेख्या करेंगे कि केड़े बंदे ने धरने च तालियां नहीं मारियां, केड़ा दो वारी बिरयानी मांग रहा है, केड़ा अच्छा डांस नहीं कर रहा. दूसरी खबर है चाइना से जहाँ पे शॉपिंग मॉल्स में स्मार्ट वर्चुअल मिरर्स लगा दिए गए हैं और इस मिरर का फायदा ये होगा कि जब भी कोई शख्स उस मिरर के सामने खड़ा होगा बस उसको एक क्लिक करना होगा और डिफरेंट कलर्स के और डिफरेंट डिजाइन के ड्रेसेस उसके सामने आ जाएंगे और वो उसमें से चूज कर सकता है. चाचा जी शीशे देखिएगा, शीशे जो आवाज आई ना कि तेन जो तू पाए नहीं चंगे लगते, मैं नवे तेन कितने बखाऊ. चाचा जी अब शीशे के आगे गया तो शीशे ने फौरन कहा कि आपके कपड़े इस मॉल में नहीं है, लंडे से ही मिलेंगे. चलो जी मैं तो लंडे चो लाए नहीं है, किसी ने मैनू वेख के लंडे चो लाए, तुम तो जो लोगों ने सुकने पाए होंगे तारा से तुम वह ला ला के पा लगे. तो हमारा 2020 का एक सेगमेंट है जिसके अंदर पहले सुंदस लेडीज फर्स्ट करते हैं. तो सुंदस स्टार्ट करेंगे, आपसे मैं सवाल पूछूंगा और ऑप्शंस आपको मैं दूंगा, यू हैव टू पिक वन एज योर आंसर. जहां पे कहीं आप सवाल का जवाब नहीं देना चाहती तो आपके पास ऑप्शन होगी कि आप जनरल नॉलेज पे मूव कर सकती हैं. तो पहला सवाल आपसे ये कि स्पोर्ट्स कार पे जा रही है, बियाबान सड़क है, साथ में सिर्फ एक सीट है, सामने कुछ लोग खड़े नजर आते हैं लिफ्ट मांगते हुए, किसको लिफ्ट देना चाहेंगी, फवाद खान, फहद मुस्तफा या फिर दानिश तैमूर? फवाद. क्यों?
ایمی میں دانش تیمور کیوں نہیں تھا؟ He's a good actor. اب آپ نے ذرا نمبر دینے ہیں with one being the highest in morning show host according to Sundas. So one being the best as well. Sanam Jang, Shaista Vaidi, Sanam Baloch, Javeria Saud or Sahir Lodhi. Sanam Jang, then second option hai? Shaista Vaidi. Shaista Vaidi and... Sanam Baloch hai. Sanam Baloch. Okay, so second number pe Sanam Baloch hai and then Shaista Vaidi and end ke... Javeria aur Sahir Lodhi rahe gaye. Javeria aur Sahir Lodhi, Javeria and then Sahir Lodhi ke baad ek wo aayega, phir end mein Sahir Lodhi. Ek khana gap deke uske baad Sahir Lodhi. Achha, yani ke Sahir Lodhi ka chhata number hoga jo ke nahi hai. Haan. Matlab ke agar ek tarah se dekha jaye, to pehle char pe wo khawateen hai aur panchwa number jo tha, uspe se bhi aapne Sahir Lodhi ko dhakka diya. Achha, iski to wajah poochne ka matlab. Nahi, isi main wajah bata raha hoon ke inhone panchwe se bhi dhakka diya Sahir Lodhi ko aur usko chhate pe dal diya. ان کی اپنی کیٹیگری ہے بھائی، اس لیے میں چاہتی ہوں کہ عورتوں سے کیٹیگری ان کی دور رہے، اس وجہ سے ان کی اپنی کیٹیگری ہے. یہ بتائیے کہ آپ کے پاس دو پیراشوٹس ہیں اور آپ نے جمپ کیا ہے، اور ایک پیراشوٹ تو آپ نے خود پہن لیا، دوسرا پیراشوٹ آپ کسی اور کو دے سکتی ہیں بچانے کے لیے، کس کو دیں گی وہ دوسرا پیراشوٹ آؤٹ آف دیز؟ جناب آصف زرداری، میاں نواز شریف یا عمران خان؟ میاں نواز شریف صاحب. کیوں؟ Because he deserves a chance. That's why. جہاز میں سفر کر رہی ہیں، ساتھ والی سیٹ بھی آپ نے بک کروائی ہوئی تھی، اور آپ دیکھتے کچھ اوور لوڈنگ ہوگی، کسی ایک کو بٹھا سکتی ہے اپنے ساتھ، سات آٹھ گھنٹے کی فلائٹ ہے، کن کو بٹھانا چاہیں گی اپنے ساتھ سات آٹھ گھنٹے کے لیے؟ رانا ثناء اللہ، عابد شیر علی یا جمشید دستی؟ رانا ثناء اللہ صاحب، بیکاز وہ دلائل اتنے اچھے دیتے ہیں، وہ اتنی باتیں کرتے ہیں کہ سفر اچھا دلائل میں اور باتوں میں گزر جائے. وزیر قانون نے ناکے تھے، کوئی روکے گا بھی نہیں. جہاز کے اندر ناکہ نہیں ہوتا. بہت ساری تعریفیں ان کے لیے. احسن بھائی تیار ہیں آپ؟ جی ہاں جی ہاں جی. منظر کچھ ایسا ہے کہ ٹرین کی بوگیاں چل رہی ہیں، آپ ایک بوگی کے اوپر ہیں، ٹھیک ہے، اور آپ دیکھتے ہیں کچھ لوگ بھاگ رہے ہیں کہ آپ نے ہاتھ دیں اپنا اور ہمیں بھی چڑھا لیں. اب آپ کسی ایک کو چڑھا پائیں گے اتنی سپیڈ میں جب ٹرین چلنا شروع ہو جاتی ہے؟ ان میں سے کس کو ہاتھ دے کے آپ اوپر چڑھانا چاہیں گے اپنے ساتھ؟ فردوس عاشق اوان، شیری مزاری یا مولانا فضل الرحمان؟ شیری مزاری. کیوں؟ مجھے لگتا ہے شیری مزاری بہت انٹیلیجنٹ خاتون ہیں. اچھا، تو ان کے دماغ سے ہمیں بہت فائدہ اٹھانا چاہیے. یہ بتائیے کہ اگر آپ کو کچھ فون ان لاک ملتے ہیں، آل دو یہ آپ کی عادت نہیں ہے، مگر آپ دیکھتے ہیں کچھ فون ان لاک پڑے ہوئے ہیں اینڈ یو کین چیک ون آف دیم وداؤٹ اینی ون نوئنگ، تو آپ کس کا فون ان میں سے چیک کرنا چاہیں گے؟ عائشہ گلے لئی، عائشہ آہد یا پھر ہمایوں سعید؟ ہمایوں سعید. کیوں؟ کیونکہ اس میں بڑے اچھے انٹرسٹنگ لڑکیوں کے نمبرز اور بڑے اچھے میسیجز ہوں گے، ہمایوں کا فون چیک کروں گا میں تو. یہ بتائیے کہ اب آپ کو میں تین اسٹیٹس دے رہا ہوں، ایک یہ کہ بہت اچھے ہیں، دوسری یہ کہ اچھے ہیں، اور تیسری یہ کہ بس ایم ہی گلا بنیا نے، تو تین نام ہیں آپ نے ان کو پلیس کرنا ہے ان تینوں بریکٹس کے اندر. وہ تین نام مشکل سوال ہے یاری، فواد خان، فہد مصطفیٰ، دانش تیمور، تو ان میں سے کون بہت اچھے ہیں؟ فواد بہت اچھا ہے اور فہد بھی بہت اچھا ہے. ایک بندے کو ایک ہی جگہ رکھ سکتے ہیں، یا فواد خان کو رکھیں، یا فہد مصطفیٰ کو رکھیں، یا دانش تیمور کو رکھیں، تو ایک نام آپ کون سا بہت اچھا؟ مجھے لگتا ہے کہ فہد مصطفیٰ اور فواد خان دونوں بہت اچھے بھی ہیں اور اچھے بھی ہیں. چاری کے فواد خان اور فہد مصطفیٰ اچھے اور بہت اچھے ہیں. بہت ویری ویری گڈ. ایون دانش از ویری ٹیلنٹڈ یار، آپ نے بڑی زیادتی، تیسرا والا آپشن کسی کے اوپر نہیں جاتا، تین مگر آپ نے خود چوز کیا ان دونوں کو پہلے دے کے، تو آپ مطلب وہ ذرا زیادہ ٹیلنٹڈ لگتے ہیں مجھے پرسنلی. تو یعنی کہ فواد خان بہت اچھے ہیں اور فہد مصطفیٰ اچھے ہیں، یا آپس میں سوئچ کر سکتے ہیں دونوں؟ بالکل. اور دانش تیمور کو آپ نے چوز کیا ایمی گلا بنیا نے؟ آئی شوڈنٹ سے دیٹ، بٹ میں نے کیونکہ ان کا کام بھی کم دیکھا ہے ٹیلی ویژن پہ بھی، اور فلم بھی ان کی کوئی دیکھی نہیں، اس لیے مجھے بہت اندازہ نہیں کہ وہ کتنے ٹیلنٹڈ ہیں. دوبارہ آپ کے پاس آپشنز ہیں، ایک یہ کہ جن کے ساتھ آپ ایک سال کے اندر اندر کام کرنا چاہتے ہیں، دوسرا یہ کہ جن کے ساتھ آپ دو سال کے اندر اندر کام کرنا چاہتے ہیں، اور تیسرا یہ کہ ان کے ساتھ میں کام نہ بھی کروں تو ٹھیک ہے. بھائی تین نام آپ نے پلیس کرنے ہیں اس کے اندر، وہ ہیں سرمد کھوسٹ، ندیم بیگ اور عاصم رضا، تو ان میں سے کس کے ساتھ آپ ایک سال کے اندر اندر کام کرنا چاہتے ہیں؟ آئی تھنک ندیم بیگ. ندیم بیگ سے ایک سال کے اندر اندر کام، دو سال کے اندر اندر کس کا کام کرنا چاہتے ہیں؟ سرمد. سرمد اور عاصم رضا وہ شخص ہے جن کے ساتھ آپ کام نہ بھی کریں تو کوئی فرق نہیں پڑتا. آف کورس. اب آپ نے ان تین خانوں کو ریٹ کرنا ہے ود ون بینگ دا موسٹ پریٹیسٹ. عائشہ خان، مائرہ خان، عائزہ خان. مائرہ آئی تھنک نمبر ون از دا پریٹیسٹ، اینڈ نمبر ٹو پہ بڑا مشکل ہے. عائشہ اور عائزہ دونوں بڑی حسین ہیں، لیکن عائشہ کو چلیں نمبر ٹو پہ کریں. عائشہ نمبر ٹو پہ، عائزہ خان نمبر تین پہ. یعنی کہ عائزہ خان نمبر تین پہ، احسن خان کو سب سے خوبصورت لگتی ہیں، اور دانش تیمور وہ شخص ہیں جن کے ساتھ ان کا خیال ہے کہ ہمیں گلنا بنیا نے. بہت سارے تعریف ان کے لیے. احسن، تھینک یو سو مچ سندس صاحب کا بہت بہت شکریہ. تھینک یو سو مچ ایوری ون، آئی ہوپ یو گائز ہیڈ فن. ڈی جے بھائی مزہ دوبالا ہونا چاہیے تھوڑا سا، آئے نا.